ਉਹਨਾਂ ਦਾ ਵੀਰਨਾਂ ਦਾ ਬਾਹਰ ਦਾ ਕੰਮ ਬਣ ਗਿਆ ਤਾਂ ਕਰਕੇ ਬਾਈ ਵੇਚਤਾ ਟਰੈਕਟਰ ਵੀਰਨਾਂ ਨੇ ਇਹ ਅਤੇ ਜੇ ਕੋਈ ਹੋ ਬਾਈ ਆਵਾਜ਼ ਕਰ ਦਿਓ ਚੱਕ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਬਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਂਗੇ ਸਵਰਾਜ 855 ਜੀ। ਅਤੇ ਜਿਹਦੇ ਵੀ ਕੋਈ ਮੇਰਾ ਭਰਾ ਬਾਈ ਚਾਹਵਾਨ ਹੋਇਆ ਲੈਣ ਦਾ ਤਾਂ ਵੀਡੀਓ ਪੂਰੀ ਦੇਖਿਓ ਜੀ, ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਟਰੈਕਟਰ ਬਾਰੇ। ਅਤੇ ਲਓ ਜੀ ਸਭ ਤੋਂ ਪਹਿਲਾਂ ਟਰੈਕਟਰ ਦੇਖੋ ਬਾਈ, ਸਵਰਾਜ 855 ਆਲ ਓਰੀਜਨਲ ਟਰੈਕਟਰ ਹੈ ਜੀ ਸਾਰਾ ਇਹ। ਅਤੇ ਮਾਡਲ ਹੈਗਾ ਜੀ 2018। ਬਾਕੀ ਆਪਾਂ ਤੁਹਾਨੂੰ ਟਰੈਕਟਰ ਐਨ ਬਰੀਕੀ ਤਰੀਕੇ ਨਾਲ ਇੱਕ ਵਾਰ ਦਿਖਾ ਦਿੰਦੇ ਹਾਂ। ਅਤੇ ਜਿਹੜਾ ਵੀ ਮੇਰਾ ਕੋਈ ਭਰਾ ਬਾਈ ਚਾਹਵਾਨ ਹੋਇਆ ਲੈਣ ਦਾ ਤਾਂ ਆਪਣਾ ਦੇਖ ਲਿਓ, ਤਸੱਲੀ ਕਰ ਲਿਓ। ਅਤੇ ਬਾਕੀ ਲਾਡੀ ਬਾਈ ਵੀ ਨਾਲ ਆਪਣੇ, ਲਾਡੀ ਵੀਰੇ ਦੇ ਜਾਣਕਾਰੀ ਮਾੜੀ ਮੋਟੀ ਟਰੈਕਟਰ ਬਾਰੇ ਜੀ। ਹਾਂ ਜੱਗੂ ਵੀਰੇ 2018 ਮਾਡਲ ਆ। ਪਹਿਲਾਂ ਤਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਨੇ। ਜੱਗੂ ਬਾਈ ਟਰੈਕਟਰ ਬਾਰੇ ਗੱਲ ਕਰੀਏ ਤਾਂ ਜੀ ਸਵਰਾਜ 855 ਫੋਰ ਸਟਾਰ ਆ ਬਾਈ ਇਹ। ਠੀਕ ਹੈ ਜੀ, 2018 ਮਾਡਲ ਟਰੈਕਟਰ ਆ ਬਾਈ ਇਹ। ਅਤੇ ਬਾਕੀ ਬਾਈਆਂ ਨੇ ਸਟਿੱਕਰ ਸਟੁੱਕਰ ਜੇ ਆਹ ਤਾਂ ਜਿਵੇਂ ਆਪਾਂ ਕਹਿ ਦੇ, ਕਈ ਵਾਰ ਬੰਦੇ ਭੁਲੇਖੇ ਪਏ ਨੇ 4x4 ਲਿਖਿਆ। ਹਾਂ ਉਹ ਤਾਂ ਚਲੋ ਪਤਾ ਹੀ ਸਭ ਨੂੰ ਯਾਰ। ਇਹ ਆਪ ਬਾਈ ਉਹਨਾਂ ਨੇ ਲਿਖਾਏ ਹੋਏ ਆ, ਟਰਬੋ ਟੁਰਬੋ। ਕਈ ਇੱਕ ਵਾਰ ਪੰਗਾ ਪੈ ਗਿਆ ਸੀਗਾ, ਹਾਂ ਟਰੈਕਟਰ ਤੇ ਲਿਖਿਆ ਹੋਇਆ ਸੀ ਟਰਬੋ। ਹਾਂ ਬਾਈ ਦੇਖਣ ਆ ਕੇ ਬਾਈ ਕਹਿੰਦੇ ਵੀ ਤੁਸੀਂ ਤਾਂ ਟਰਬੋ ਦਿਖਾਇਆ ਸੀਗਾ। ਹਾਂ ਉਹ ਜਿਸ ਨੂੰ ਆਪਾਂ ਪਹਿਲਾਂ ਹੀ ਦੱਸ ਦਈਏ ਵੀ ਸਟਿੱਕਰ ਟਰਬੋ ਦਾ ਲੱਗਿਆ ਹੋਇਆ, ਆਹ ਉਦਾਂ ਵੈਸੇ ਲੱਗਦਾ ਟਰਬੋ ਹੈ ਨੀਗਾ, ਇਹ ਚੀਜ਼ ਦਾ ਵੀ ਪੰਗਾ ਪੈ ਗਿਆ ਸੀ। ਠੀਕ ਹੈ ਵੀਰੇ, ਠੀਕ। ਹਾਂ ਉਹ ਤਾਂ ਕਰਕੇ ਆਪਾਂ ਦੱਸਿਆ। ਤੇ ਬਾਈ ਜਿਹੜੇ ਟਾਇਰ ਆ ਟਰੈਕਟਰ ਦੇ ਚਾਰੇ, ਪਿਛਲੇ ਟਾਇਰ ਤਾਂ ਬਿਲਕੁਲ ਨਵੇਂ ਲੱਗੇ ਹੋਏ ਆ ਜੀ, ਬਿਲਕੁਲ ਨਵੇਂ। ਹਾਂ 95 ਪੈਸੇ ਟਾਇਰ ਖੜੇ ਆ ਮਗਰਲੇ, MRF ਕੰਪਨੀ ਦੇ ਟਾਇਰ ਆ ਵੀਰੇ, ਸ਼ਕਤੀ ਪਲੱਸ ਦੇ। MRF ਤੇ ਇਹਦੇ ਟਾਇਰ ਦੇ 14 ਦੇ ਵੀ ਟਾਇਰ ਹੁੰਦੇ ਆ, 16 ਦੇ ਹੁੰਦੇ ਆ ਜਾਂ ਫਿਰ। ਹਾਂਜੀ ਇਹਨੂੰ ਟਾਇਰ 15928 ਦੇ ਆ। 15928 ਦੇ ਆ, ਹਾਂਜੀ ਓਕੇ। ਇੱਕ ਨੰਬਰ ਵੱਡਾ 14 ਨਾਲ, 14 ਨਾਲ ਬੜਾ ਇੱਕ ਨੰਬਰ, 15928 ਦੇ ਟਾਇਰ ਆ। ਠੀਕ ਹੈ ਵੀਰੇ, ਮੂਰਲੇ ਦਾ ਪਤਾ ਹੀ ਹੁੰਦਾ ਵੀ 750-16 ਦੇ ਆ ਮੂਰਲੇ। ਮੂਰਲੇ ਟਾਇਰਾਂ ਦੀ ਕੰਡੀਸ਼ਨ ਬਾਈ 70 ਕ ਪੈਸੇ ਆ, ਪਿਛਲੇ ਟਾਇਰ ਬਿਲਕੁਲ ਨਵੇਂ ਪਏ ਹੋਏ ਆ। ਤੇ ਬਾਕੀ ਤਾਂ ਬਾਈ ਤੈਨੂੰ ਪਤਾ ਹੀ ਹੈ ਵੀ ਟਰੈਕਟਰ ਦਾ ਇੱਕ ਜੋੜੀ, ਮੰਨ ਕੇ ਚਲੋ ਪਿਛਲੀ ਵੀ ਟਰੈਕਟਰ ਨੇ ਲੱਗ ਕੇ ਦੂਜੀ ਜੋੜੀ ਲੱਗ ਗਈ ਟਰੈਕਟਰ ਟਾਇਰਾਂ ਦੀ। ਹਾਂ ਦੂਜੀ ਜੋੜੀ ਲੱਗ ਗਈ, ਦੂਜੀ ਜੋੜੀ ਲੱਗ ਗਈ। ਤੇ ਮੂਰਲੇ ਪਿਛਲੇ MRF ਦੇ ਟਾਇਰ ਨੇ ਤੇ ਮੂਰਲੇ ਗੁਡੀਅਰ ਦੇ ਨੇ। ਠੀਕ ਹੈ ਬਾਈ, ਲੋ ਜੀ ਫਰੰਟ ਤੋਂ ਦੇਖ ਲਓ ਬਾਈ। ਬਾਕੀ ਫਰੰਟ ਤੋਂ ਬਾਈ ਉਹਨਾਂ ਨੇ ਆਪ ਲਿਖਾਇਆ ਤੇ ਬੰਪਰ ਜਿਹੜਾ ਹੁੰਦਾ ਹੈ ਨਾਲ ਦਾ ਓਰੀਜਨਲ ਹੀ ਹੁੰਦਾ ਟਰੈਕਟਰ ਦੇ ਨਾਲ। ਠੀਕ ਹੈ ਵੀਰੇ, ਸਵਰਾਜ ਦਾ ਓਕੇ ਜੀ। ਬਾਕੀ ਟਰੈਕਟਰ ਦੇ ਲੈ ਜੱਗੂ ਬਾਈ, ਸੁਖਰਾ ਟਰੈਕਟਰ ਆ, ਬਿਲਕੁਲ ਸਾਫ ਟਰੈਕਟਰ ਆ ਬਾਈ, ਬਿਲਕੁਲ ਬਿਲਕੁਲ ਵੀਰੇ। 2018 ਮਾਡਲ ਆ ਇਹ। ਠੀਕ ਹੈ ਜੀ, ਤੇ ਬਾਈ ਰੰਗ ਰੁੰਗ ਚੈੱਕ ਕਰ ਲਓ ਸਾਰੇ ਪਾਸੇ ਦੇ, ਆਹ ਥੋੜ੍ਹਾ ਜਿਹਾ ਜਿੱਦਾਂ ਵੀ ਹੋਇਆ ਬਾਈ। ਅਤੇ ਬਾਕੀ ਕੋਈ ਧੋਤਾ ਧੁੱਤਾ ਵੀ ਨਹੀਂ ਹੈ ਟਰੈਕਟਰ, ਉੱਦਾਂ ਹੀ ਖੜਾ ਬਾਈ, ਕੋਈ ਟਰੈਕਟਰ ਤਿਆਰ ਨਹੀਂ ਕਰਿਆ ਹੋਇਆ ਕਿਸੇ ਪਾਸੇ ਤੋਂ। ਪਿੱਛੋਂ ਵੀ ਤੁਹਾਨੂੰ ਦਿਖਾਉਂਦੇ ਬਾਈ ਇੱਕ ਵਾਰ, ਮਾਰ ਲਓ ਨੇਗਾ। ਹਲੋ ਜੀ, ਸਾਰਾ ਮਟੀਰੀਅਲ ਜੱਗੂ ਬਾਈ ਨਾਲ ਦਾ ਹੀ ਆ, ਪੁੱਕਾ ਅੱਕਾ ਵੀ ਤੇ ਡਬਲ ਡਿਸਟ੍ਰੀਬਿਊਟਰ ਆ, ਜਿਵੇਂ ਆਪਾਂ ਲੇਜ਼ਰ ਲੂਜ਼ਰ ਕਰਾ ਵਗੈਰਾ ਉਹ ਕੰਮ ਦਾ ਡਬਲ ਡਿਸਟ੍ਰੀਬਿਊਟਰ। ਓਕੇ ਵੀਰੇ, ਨੰਬਰ ਬਾਈ ਸਾਡੇ PV12 ਆ, ਰੋਪੜ ਦਾ ਹੀ ਨੰਬਰ ਆ, ਲੋਕਲ ਨੰਬਰ ਆ ਸਾਡਾ। ਅਤੇ ਬਾਕੀ ਛਤਰੀ ਛੁਤਰੀ ਜਿਵੇਂ ਦਾ ਹੈਗਾ ਬਾਈ ਉੱਦਾਂ ਹੀ ਟਰੈਕਟਰ ਮਿਲੂਗਾ, ਕੋਈ ਚੀਜ਼ ਹੇਠ ਉੱਪਰ ਨਹੀਂ ਹੋਊਗੀ ਟਰੈਕਟਰ ਨਾਲ। ਅਤੇ ਆਹ ਬਕਸੇ ਲੱਗੇ ਹੋਏ, ਸਪੀਕਰ ਟੇਪ ਲੱਗੀ ਹੋਈ ਹੈ, ਸਾਰਾ ਕੁਛ ਇੱਦਾਂ ਹੀ ਦੇ ਦਾਂਗੇ। ਅਤੇ ਬਾਕੀ ਆਪਾਂ ਤੁਹਾਨੂੰ ਟਰੈਕਟਰ ਦੀ ਇੱਕ ਵਾਰ ਆਵਾਜ਼ ਵੀ ਚੈੱਕ ਕਰਕੇ ਦਿਖਾਉਂਦੇ ਹਾਂ ਸਟਾਰਟ ਕਰਕੇ। ਅਤੇ ਲਾਡੀ ਵੀਰੇ ਮਾਰੀ ਮਾੜੀ ਜੀ ਸਟਾਰਟ ਕਰੀ ਟਰੈਕਟਰ, ਨਿਊਟਰਲ ਕਰਨੀ ਦੋਨੇ ਗੇਅਰ। ਹੋ ਬਾਈ ਆਵਾਜ਼ ਕਰ ਦਿਓ ਚੈੱਕ। ਕਰਦੀ ਵੀਰੇ ਬੰਦ, ਸੋ ਵੀ ਖੋਲ੍ਹ ਕੇ ਦਿਖਾ ਦਿੰਦੇ ਟਰੈਕਟਰ ਦੀ ਇੱਕ ਵਾਰ। ਲੱਡੀ ਖੋਲ੍ਹੀ ਮਾੜੀ ਜੀ ਬਾਈ ਚੱਕੀ, ਉੱਧਰੋਂ ਮਾੜਾ ਦੱਬ ਕੇ ਖੋਲ੍ਹਣਾ। ਲਓ ਜੀ ਬਾਈ ਦੇਖ ਲਓ, ਥੋੜ੍ਹਾ ਜਿਹਾ ਧੂੜ ਮਿੱਟੀ ਪਈ ਹੋਈ ਆ ਬਾਈ, ਤੋਤਾ ਨਹੀਂ ਨਾ ਹੈਗਾ ਟਰੈਕਟਰ, ਉਵੇਂ ਹੀ ਖੜਾ ਬਾਈ ਖੜਾ। ਤੇ ਬਾਈ ਇੱਕ ਗੱਲ ਹੋਰ ਦੱਸ ਸਕਦੇ ਨੇ ਵੀਰੇ, ਸਾਡੇ ਕੋਲ ਜਿੰਨੇ ਵੀ ਟਰੈਕਟਰ ਖੜੇ ਹੁੰਦੇ ਲਾਡੀ ਵੀਰੇ, ਕਿਸੇ ਵੀ ਟਰੈਕਟਰ ਨੂੰ ਮਤਲਬ ਕਿ ਜਿੱਦਾਂ ਕਹਿ ਦਿੰਦੇ ਆ ਵੀ ਰਵਿੰਗ ਮਾਰੀ ਵੀ ਆ, ਕੰਪਾਊਂਡ ਮਾਰੀ ਵੀ ਆ, ਕੋਈ ਬੰਦਾ ਇੱਕ ਵੀ ਟਰੈਕਟਰ ਨੂੰ ਦਿਖਾ ਦੇਵੇ ਵੀ ਕਿਸੇ ਨੂੰ ਪਾਲਸ ਵੀ ਵੱਜੀ ਹੋਵੇ ਟਰੈਕਟਰ ਨੂੰ, ਅਸੀਂ ਤਾਂ ਯਾਰ ਮਿੱਟੀ ਪਈ ਹੁੰਦੀ ਉੱਪਰ, ਕਿਸੇ ਟਰੈਕਟਰ ਨੂੰ ਕੱਪੜਾ ਤੱਕ ਵੀ ਨਹੀਂ ਵੱਜਦਾ, ਉੱਪਣੇ ਲਿਆ ਕੇ ਆ ਦੇਖੋ। ਹਾਂ ਉਵੇਂ ਹੀ ਖੜੇ ਆ। ਬਾਕੀ ਵੀ ਵੀਰੇ ਹੋਰ ਵੀ ਟਰੈਕਟਰ ਖੜੇ ਆ, ਤੁਹਾਨੂੰ ਪਤਾ ਹੀ ਆ, ਕੋਈ ਮੇਰਾ ਵੀਰ ਦੇਖਣ ਵੀ ਆਉਂਦਾ ਉਹ ਬੰਦਾ ਮੇਰੇ ਸਾਹਮਣੇ ਆ ਕੇ ਦੇਖਦਾ ਹੀ ਹੈ। ਪਾਵਰ ਤਾਂ ਬਾਈ ਦੀ ਮਿਲਦਾ 52 HP ਹੁੰਦੀ ਆ ਫੋਰ ਸਟਾਰ ਦੀ ਵੀ। ਹਾਂਜੀ ਹਾਂਜੀ ਵੀਰੇ,
ਤੇ ਪੀਡੀਓ ਪਾਵਰ 3340 ਐਚਪੀ ਦੀ ਇਹਦੀ ਪੀਡੀਓ ਪਾਵਰ ਬਿਲਕੁਲ ਬਾਈ ਹੈ ਵੀ ਇਹ ਭਾਰੇ ਚੁੱਲ੍ਹੇ ਵਾਲਾ ਹੈ ਭਾਰੇ ਚੁੱਲ੍ਹੇ ਵਾਲਾ ਵਾ ਤੇ 17-1800 ਕੇਜੀ ਦੀ ਇਹਦੀ ਲਿਫਟ ਕਪੈਸਿਟੀ ਆ ਠੀਕ ਹੈ ਜੀ ਤੇ ਬਾਈ ਸਾਡੇ ਏਰੀਆ ਵਿੱਚ ਤਾਂ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਸਵਰਾਜ ਟਰੈਕਟਰ ਦੀ ਤੇ ਵੈਸੇ ਵੀ ਬਾਈ ਬਹੁਤ ਵੀਰ ਜ਼ਿਆਦਾਤਰ ਜਿੰਨੇ ਵੀ ਫੋਨ ਕਰਦੇ ਆ ਸਵਰਾਜ ਟਰੈਕਟਰ ਦੀ ਉਹ ਕਰਦੇ ਆ ਵੀ ਸਵਰਾਜ ਟਰੈਕਟਰ ਕੋਈ ਉੱਚਾ ਮਾਡਲ ਸੈਕਿੰਡ ਹੈਂਡ ਹੋਵੇ ਤੇ ਇੱਧਰ ਬਾਈ ਸਵਰਾਜ ਵਾਲੇ ਵੀ ਪਹੁੰਚ ਗਏ ਏਜੰਸੀ ਵਾਲੇ ਹੋਰ ਵੀਰੇ ਕਿਆ ਹਾਲ ਆ ਜੀ ਠੀਕ ਹੈ ਵੀਰ ਠੀਕ ਹੈ ਕਿਆ ਡਿਮਾਂਡ ਆ ਬਾਈ ਟਰੈਕਟਰ ਦੀ ਇਹਦੀ ਜਿੰਨੇ ਦਾ ਯਾਰ ਵੇਚ ਦਵਾਂ ਤੂੰ ਚੱਲ ਠੀਕ ਆ ਠੀਕ ਚੱਲ ਠੀਕ ਆ ਬਾਈ ਜੇ ਆਹ ਗੱਲ ਆ ਫਿਰ ਕੋਈ ਚੱਕਰ ਨਹੀਂ ਠੀਕ ਆ ਪੂਰੇ 50,000 ਤੇਰੇ ਚੜ੍ਹਦੇ ਜੱਗੂ ਤੇ ਬਾਈ ਚਲੋ ਡਿਮਾਂਡ ਆਪਾਂ ਦੱਸ ਦਿੰਦੇ ਟਰੈਕਟਰ ਦੀ ਇਹਦੀ 560,000 ਰੁਪਈਆ ਡਿਮਾਂਡ ਆ ਬਾਈ ਤੇ ਬਾਕੀ ਬਾਈ ਰੇਟ ਇਹਦਾ ਮੌਕੇ ਦਾ ਹੈ ਠੀਕ ਹੈ ਜੀ ਤੇ ਵੀਰ ਬਹੁਤ ਥੱਲੇ ਬਾਈ ਕਹਿ ਦਿੰਦੇ ਕਮੈਂਟ ਤੁਸੀਂ ਰੇਟ ਬਹੁਤ ਮੰਗ ਲੈਂਦੇ ਫਲਾਣਾ ਮੰਗ ਲੈਂਦੇ ਜੀ ਤੇ ਬਾਈ ਦੇਖੋ ਜਿੰਨੇ ਪੈਸੇ ਕੋਈ ਵੀ ਬੰਦਾ ਮੰਗਦਾ ਏ ਮੂੰਹ ਮੰਗਵੇਂ ਕੋਈ ਨਹੀਂ ਦਿੰਦਾ ਪੈਸੇ ਠੀਕ ਹੈ ਜੀ ਤੇ ਬਾਕੀ ਚਲੋ ਜਿਹਨੇ ਕੋਈ ਚੀਜ਼ ਜਿਹਨੂੰ ਪਸੰਦ ਆਉਂਦੀ ਹੈ ਆਪਣਾ ਦੇਖ ਕੇ ਬਾਈ ਜਿੰਨੇ ਦਾ ਅਗਲੇ ਨੂੰ ਪੁੱਗਦਾ ਹੋਇਆ ਅਗਲਾ ਆ ਕੇ ਆਪਣਾ ਲੈ ਜਾਂਦਾ ਏ ਅਤੇ 560,000 ਡਿਮਾਂਡ ਆ ਬਾਕੀ ਜਿਹੜਾ ਵੀ ਕੋਈ ਚਾਹਵਾਨ ਹੋਇਆ ਬਾਈ ਮੌਕੇ 'ਤੇ ਇਹਦਾ ਰੇਟ ਕਰ ਦਾਂਗੇ ਜਿੰਨਾ ਹੋਇਆ ਵੱਧ ਘੱਟ ਅਤੇ ਬਾਕੀ ਇੱਕ ਦੋ ਟਰੈਕਟਰ ਹੋਰ ਆ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਵੀਡੀਓ 'ਚ ਬਣੇ ਰਹੋ ਅਤੇ ਲਓ ਬਾਈ ਇੱਕ ਬਾਈ ਨਾ ਕੋਲ ਬਿਲਕੁਲ ਨਵਾਂ ਹੀ ਆ ਜੀ 35-36 ਘੰਟੇ ਚੱਲਿਆ ਵਾ ਸਵਰਾਜ 744 XT 2022 ਮਾਡਲ ਹੈ ਅਤੇ ਇਹ ਵੀ ਟਰੈਕਟਰ ਸੇਲ ਵਾਸਤੇ ਆਇਆ ਅਤੇ ਇਹ ਜਿਵੇਂ ਕਿ ਕੋਈ ਵੀਰ ਉਹਨਾਂ ਦਾ ਵੀਰਨਾਂ ਦਾ ਬਾਹਰ ਦਾ ਕੰਮ ਬਣ ਗਿਆ ਤਾਂ ਕਰਕੇ ਬਾਈ ਵੇਚਤਾ ਟਰੈਕਟਰ ਵੀ ਇਹਨਾਂ ਨੇ ਇਹ ਅਤੇ ਜੇ ਕੋਈ ਬਾਈ 744 XT ਦਾ ਚਾਹਵਾਨ ਹੋਇਆ ਤਾਂ ਰੋਪੜ ਖੜ੍ਹਾ ਕੰਟੈਕਟ ਕਰਕੇ ਇਹਦੇ ਟਰੈਕਟਰ ਦੀ ਪੂਰੀ ਡਿਟੇਲ ਲੈ ਸਕਦਾ ਜੀ ਟਰੈਕਟਰ ਵੀ ਬਾਈ ਹੈਗੇ ਆ ਵੀਰਨਾਂ ਕੋਲ ਸਵਰਾਜ ਦੇ ਸਾਰੇ ਜੇ ਸਾਡੇ ਕੋਈ ਰੋਪੜ ਏਰੀਆ ਜਿਨ੍ਹਾਂ ਦਾ ਪੈਂਦਾ ਹੈ ਰੋਪੜ ਦਾ ਕੋਈ ਚਾਹਵਾਨ ਹੈ ਤਾਂ ਬਾਈ ਆ ਕੇ ਵੀਰਨਾਂ ਨਾਲ ਡੀਲ ਕਰ ਸਕਦਾ ਟਰੈਕਟਰ ਦੀ ਅਤੇ ਇਹਨਾਂ ਦੇ ਇੱਕ ਦੋ ਸੈਕਿੰਡ ਹੈਂਡ ਵੀ ਟਰੈਕਟਰ ਵੀ ਆਏ ਆ ਇੱਕ ਦੋ ਨਵੇਂ ਉਹਨਾਂ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਬਾਈ ਚੈਨਲ 'ਤੇ ਇੱਕ ਬਾਈ ਨਾਲ 855 ਆਇਆ 18 ਮਾਡਲ ਬਿਲਕੁਲ ਨਵੇਂ ਟਾਇਰ ਲੱਗੇ ਮੇਰੇ ਟਰੈਕਟਰ ਦੇ ਉਹ ਵੀ ਆ ਕੇ ਦੇਖ ਸਕਦਾ ਜੇ ਕੋਈ ਸਵਰਾਜ 855 ਲੈਣ ਦਾ ਚਾਹਵਾਨ ਹੋਇਆ ਬਾਈ ਅਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਬਾਈ ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਵੀ ਬਾਈ ਜ਼ਰੂਰ ਕਰਿਆ ਕਰੋ ਚੈਨਲ ਨੂੰ ਅਤੇ ਬਾਕੀ ਆਪਣਾ ਫੇਸਬੁੱਕ 'ਤੇ ਪੇਜ ਆ ਬਾਈ ਜੱਗੂ ਮਾਲ ਦੇ ਨਾਮ 'ਤੇ ਉਹਨੂੰ ਵੀ ਜਾ ਕੇ ਜ਼ਰੂਰ ਫੋਲੋ ਕਰਿਓ ਇੱਕ ਬੇਨਤੀ ਹੋਰ ਆ ਬਾਈ ਜਿੱਦਾਂ ਜੇ ਕਿਸੇ ਨੇ ਕੋਈ ਸੈਕਿੰਡ ਹੈਂਡ ਟਰੈਕਟਰ ਵੀ ਸੇਲ ਕਰਨਾ ਆਪਣਾ ਤਾਂ ਉਹ ਵੀ ਆਪਣੇ ਟਰੈਕਟਰ ਦੀਆਂ ਫੋਟੋਆਂ ਅਤੇ ਜੋ ਵੀ ਟਰੈਕਟਰ ਦੀ ਡਿਟੇਲ ਆ ਬਾਈ ਮੇਰੇ ਵਟਸਐਪ ਨੰਬਰ 'ਤੇ ਭੇਜ ਕੇ ਆਪਣੇ ਟਰੈਕਟਰ ਦੀ ਜਾਣਕਾਰੀ ਦੇ ਸਕਦਾ ਜੇ ਆਪਣੇ ਲੋਕਲ ਹੋਇਆ ਆਪਾਂ ਨੂੰ ਟਰੈਕਟਰ ਪੁੱਗਦਾ ਹੋਇਆ ਤਾਂ ਆਪਾਂ ਤੁਹਾਡਾ ਟਰੈਕਟਰ ਲੈ ਲਿਆ ਕਰਾਂਗੇ ਵੀਰੇ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ।